ਪਿਲਾਕ ਵਿੱਚ ਅਜ਼ੀਮ ਸ਼ਾਇਰ ਉਸਤਾਦ ਤੇ ਕਿੱਤਾ ਨਿਗਾਰ ਇਕਬਾਲ ਰਾਹੀ ਦੀ ਅਦਬੀ ਖਿਦਮਤ ਦੇ ਇਤਰਾਫ਼ ਲਈ ਫਖਰੇ ਅਦਬ ਐਵਾਰਡ ਦੀ ਤਕਰੀਬ ਦਾ ਇਨਕਾਦ ਕੀਤਾ ਗਿਆ। ਜਿਹਦੀ ਨਿਜ਼ਾਮਤ ਡਾਕਟਰ ਐਮ ਇਬਰਾਰ ਨੇ ਕੀਤੀ, ਜਦਕਿ ਇਜ਼ਹਾਰੇ ਖਿਆਲ ਕਰਨ ਵਾਲਿਆਂ ਵਿੱਚ ਫਰੀਦਾ ਸ਼ਾਹ, ਪ੍ਰੋਫੈਸਰ ਡਾਕਟਰ ਅਯੂਬ ਨਦੀਮ, ਆਸਿਮ ਬੁਖਾਰੀ, ਕਰਾਮਤ ਬੁਖਾਰੀ, ਹਾਜੀ ਅਸਗਰ ਅਲੀ ਮਲਿਕ ਤੇ ਤੋਕੀਰ ਬਿਨ ਅਸਲਮ ਸ਼ਾਮਿਲ ਸਨ। ਤਕਰੀਬ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਅਦਬ ਨਾਲ ਤਾਲੁਕ ਰੱਖਣ ਵਾਲੀ ਹਸਤੀਆਂ ਨੇ ਵੀ ਸ਼ਿਰਕਤ ਕੀਤੀ।